ਖੇਤੀਬਾੜੀ ਮੰਤਰੀ ਕਿਰਪਾ ਕਰਕੇ ਦੱਸਣਗੇ ਕਿ ਸਰਕਾਰ ਸਿੰਥੈਟਿਕ ਡਰੱਗਸ ਨੂੰ ਠੱਲ ਪਾਉਣ ਲਈ ਪੰਜਾਬ ਵਿੱਚ ਪੋਸਟ ਦੀ ਖੇਤੀ ਕਰਨ ਵਿੱਚ ਕਰਨ ਦਾ ਵਿਚਾਰ ਰੱਖਦੀ ਹੈ? ਜੇਕਰ ਰੱਖਦੀ ਹੈ ਤਾਂ ਕਦੋਂ ਤੱਕ? ਵਾਹ ਬਈ ਵਾਹ, ਸਰਦਾਰ ਹਰਮੀਤ ਸਿੰਘ ਖੁੱਡੀਆਂ ਅੱਡਾ ਆਪਣਾ ਗੁਰਮੀਤ ਸਿੰਘ ਖੁੱਡੀਆਂ ਜੀ ਖੇਤੀਬਾੜੀ ਮੰਤਰੀ ਜਵਾਬ ਦੇਣਗੇ। ਧੰਨਵਾਦ ਮਾਨਯੋਗ ਸਪੀਕਰ ਸਾਹਿਬ। ਅੱਛਾ ਮੈਨੂੰ ਇੱਕ ਗੱਲ ਦੱਸਿਓ, ਇੱਕ ਮੈਂ ਤੁਹਾਨੂੰ ਇੰਟਰਪਟ ਕਰਦਾ, ਇਹ ਪਹਿਲਾਂ ਪੰਜਾਬ ਦੇ ਵਿੱਚ ਅਫੀਮ ਦੇ ਠੇਕੇ ਹੁੰਦੇ ਸੀ, ਇਹ ਪਤਾ ਕਰਕੇ ਦੱਸਿਓ ਜਾਂ ਕੱਲ੍ਹ ਨੂੰ ਦੱਸ ਦਿਓ ਟਾਈਮ ਮਿਲਿਆ ਤੁਹਾਨੂੰ ਜਾਂ ਬਾਅਦ 'ਚ ਮੈਨੂੰ ਕਨਵੇ ਕਰ ਦਿਓ ਵੀ ਇਹ ਬੰਦ ਕਿਉਂ ਕੀਤੇ ਗਏ ਸੀ, ਕਿਹੜੇ ਕਾਰਨ ਰਾਹੀਂ ਕੀਤੇ ਗਏ ਸੀ? ਜੀ ਕੰਟੀਨਿਊ ਕਰੋ ਜੀ। ਮਾਨਯੋਗ ਸਪੀਕਰ ਸਾਹਿਬ, ਮਾਨਯੋਗ ਮੈਂਬਰ ਸਾਹਿਬ ਨੇ ਇੱਕ ਸਵਾਲ ਕੀਤਾ ਅਤੇ ਜਿਹਦੇ ਨਾਲ ਮੇਰਾ ਖਿਆਲ ਸਾਰਿਆਂ ਦੇ ਚਿਹਰੇ ਖਿੜ ਗਏ ਹੈ। ਅਤੇ ਮੈਂ ਵੀ ਉਸ ਉਮਰ ਵੱਲ ਚੱਲਿਆ ਜਾ ਰਿਹਾ ਜਿੱਥੇ ਸ਼ਾਇਦ ਲੋੜ ਪੈ ਜਾਂਦੀ ਹੈ। ਅਤੇ ਵੈਸੇ ਸਵਾਲ ਮੁਤਾਬਕ ਜਿਹੜਾ ਇਹਦਾ ਜਵਾਬ ਆ ਜੀ ਕਿ ਸਰਕਾਰ ਕੋਲ ਅਜੇ ਇਹੋ ਜਿਹੀ ਕੋਈ ਇਰਾਦਾ ਨਹੀਂ ਰੱਖਦੀ ਕਿ ਕਿਉਂਕਿ ਇਹ ਵੀ ਇੱਕ ਨਸ਼ਾ ਹੈ, ਇਸ ਲਈ ਸਰਕਾਰ ਦਾ ਕੋਈ ਇਰਾਦਾ ਨਹੀਂ। ਠੀਕ ਹੈ, ਥੈਂਕ ਯੂ ਹਰਮੀਤ ਜੀ। ਸਪੀਕਰ ਸਾਹਿਬ, ਤਕਰੀਬਨ ਪਿਛਲੇ 15 ਸਾਲ ਤੋਂ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਨਸ਼ਾ, ਜਿਹਦੇ ਵਿੱਚ ਚਿੱਟੇ ਦਾ ਨਸ਼ਾ ਜੀ, ਅਤੇ ਪਿਛਲੇ ਲੰਬੇ ਸਮੇਂ ਦੇ ਵਿੱਚ 15 ਸਾਲਾਂ ਤੋਂ ਬੜਾ ਨੌਜਵਾਨੀ ਦਾ ਨੁਕਸਾਨ ਹੋ ਰਿਹਾ ਜੀ, ਘਾਣ ਹੋ ਰਿਹਾ। ਅੱਜ ਕੱਲ੍ਹ ਇੱਕ ਇੱਕ ਦੋ ਦੋ ਬੱਚੇ ਨੇ ਜੀ, ਲੜਕੀ ਨੂੰ ਵਿਆਹ ਕੇ ਤੋਰ ਦਿੰਦੇ ਨੇ, ਬਹੁਤ ਸਾਰੇ ਮੈਂ ਪਰਿਵਾਰਾਂ ਦੇ ਵਿੱਚ ਦੇਖਿਆ ਜਾਣਦਾ, ਅਤੇ ਲੜਕਾ ਚਿੱਟੇ ਦਾ ਸ਼ਿਕਾਰ ਹੋ ਜਾਂਦਾ। ਅਤੇ ਮੈਂ ਪਠਾਨ ਮਾਜਰਾ ਸਾਹਿਬ ਨਾਲ ਸਹਿਮਤ ਹਾਂ ਜੀ, ਇਹਨਾਂ ਨੇ ਪੋਸਟ ਦੀ ਖੇਤੀ ਦੀ ਗੱਲ ਕੀਤੀ ਸੀ। ਸਰ, ਜਿਹੜਾ ਇਹ ਪੋਸਟ ਦੀ ਗੱਲ ਜਾਂ ਫੀਮ ਦੀ ਗੱਲ, ਇਹ ਸਾਡੇ ਬਜ਼ੁਰਗ ਸਦੀਆਂ ਤੋਂ ਵਰਤਦੇ ਆਏ ਆ ਜੀ। ਸਾਡੇ ਬਜ਼ੁਰਗ ਅਫੀਮ ਜਾਂ ਪੋਸਟ ਦਾ ਸੇਵਨ ਕਰਦੇ ਸੀ, ਹਾੜੀਆਂ ਵੱਢਦੇ ਸੀ, ਮੰਡਲੀਆਂ ਲਾਉਂਦੇ ਸੀ, ਤੂੜੀਆਂ ਢੋਂਦੇ ਸੀ, ਸਿਟੀਆਂ ਪੜਦੇ ਸੀ, ਬਹੁਤ ਕੰਮ ਕਰਦੇ ਸੀ, ਅਤੇ ਕੋਈ ਵੀ ਮੌਤ ਨਹੀਂ ਸੀ ਹੋਈ। ਅਤੇ ਮੈਂ ਪਠਾਨ ਮਾਜਰਾ ਸਾਹਿਬ ਨਾਲ ਸਹਿਮਤ ਹੁੰਦਾ ਹੋਇਆ ਮੈਂ ਇਸ ਗੱਲ ਦਾ ਸਮਰਥਨ ਕਰਦਾ ਕਿ ਇਸ ਗੱਲ 'ਤੇ ਸਰਕਾਰ ਵੱਲੋਂ ਗੌਰ ਕੀਤੀ ਜਾਵੇ ਕਿ ਪੰਜਾਬ ਦੇ ਵਿੱਚ ਜਿਹੜੀ ਪੋਸਟ ਦੀ ਖੇਤੀ ਕੀਤੀ ਜਾਵੇ, ਕਿਉਂਕਿ ਬਹੁਤ ਸਾਰੇ ਵੈਦ ਡਾਕਟਰ ਵੀ ਦੱਸਦੇ ਆ ਕਿ ਜਦੋਂ ਸਾਨੂੰ ਕੋਈ ਪੈਰਾਲਾਈਜ਼ ਜਾਂ ਕੋਈ ਪ੍ਰੋਬਲਮ ਆਉਂਦੀ ਆ ਤਾਂ ਉਹ ਅਫੀਮ ਦਾ ਸੇਵਨ ਦੱਸਦੇ ਆ, ਅਤੇ ਅਫੀਮ ਆ ਜਿਹੜੀ ਉਹ ਪੋਸਟ ਤੋਂ ਹੀ ਪੈਦਾ ਹੁੰਦੀ ਆ। ਸੋ ਮੇਰਾ ਸਮਰਥਨ ਆ, ਅਤੇ ਮੈਂ ਚਾਹੁੰਦਾ ਵੀ ਇਹ 'ਤੇ ਗੌਰ ਕੀਤੀ ਜਾਵੇ।